ਪੰਜਾਬ ਪੁਲਿਸ ਦੀ ਜਲੰਧਰ ਕਮਿਸ਼ਨਰੇਟ ਵੱਲੋਂ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਹੋਇਆ ਜਿਦੇ ਵਿੱਚ ਇੰਟਰਨੈਸ਼ਨਲ ਡਰੱਗ ਰੈਗਟ ਤੇ ਨਾਲ-ਨਾਲ ਜਿਹੜੇ ਹਥਿਆਰਾਂ ਦੀ ਸਪਲਾਈ ਹੁੰਦੀ ਹੈ ਉਹਨਾਂ ਦੇ ਇੱਕ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਕ 4 ਇਹਦੇ ਵਿੱਚ ਪੂਰੇ ਐਸੋਸੀਏਟਸ ਦੇ ਮੈਂਬਰ ਕਾਬੂ ਕੀਤੇ ਗਏ ਹੈ ਜਿਨ੍ਹਾਂ ਕੋਲੋਂ ਇਲੀਗਲ ਵੈਪਨਸ ਮੈਗਜ਼ੀਨ ਰਿਕਵਰ ਕੀਤੀ ਗਈ ਹੈ ਇਹਦੇ ਨਾਲ-ਨਾਲ ਜਿਹੜੇ ਕੋਰੀਅਰ ਕੰਪਨੀ ਦਾ ਜਿਹੜਾ ਮਾਲਿਕ ਹੈ ਉਸ ਨੂੰ ਵੀ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਅਫੀਮ ਦੇ ਨਾਲ-ਨਾਲ ਜਿਹੜੀ ਡਰੱਗਸ ਤਸਕਰੀ ਹੋ ਰਹੀ ਸੀਗੀ ਔਰ ਕਾਫੀ ਵੱਡੇ ਲੈਵਲ ਤੇ ਇਹ ਤਸਕਰੀ ਕੀਤੀ ਜਾ ਰਹੀ ਸੀ ਜਿਹਦਾ ਇੱਕ ਪੂਰਾ ਨੈਕਸਸ ਕੰਮ ਕਰ ਰਿਹਾ ਸੀਗਾ ਪੰਜਾਬ ਦੇ ਨਾਲ-ਨਾਲ ਇਹ ਪੂਰਾ ਨੈਕਸਸ ਜਿਹੜਾ ਹੈਗਾ ਦੂਜੇ-ਦੂਜੇ ਸਟੇਟਸ ਤੋਂ ਵੀ ਲਿੰਕ ਕਰ ਰਿਹਾ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਸੀ ਔਰ ਇੱਕ ਇੰਟਰਨੈਸ਼ਨਲ ਡਰੱਗਸ ਦਾ ਜਿਹੜਾ ਸਿੰਡੀਕੇਟ ਹੈ ਉਹ ਵੀ ਆਪਰੇਟ ਕੀਤਾ ਜਾ ਰਿਹਾ ਸੀਗਾ ਇਹਦੇ ਵਿੱਚ ਕਈ ਥਾਵਾਂ ਤੇ ਪੂਰਾ ਨੈਕਸਸ ਚੱਲ ਰਿਹਾ ਸੀਗਾ ਔਰ ਜਲੰਧਰ ਕਮਿਸ਼ਨਰ ਦੇ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਤਿਆਰਾ ਦੇ ਨਾਲ-ਨਾਲ ਡਰੱਗਸ ਤਸਕਰੀ ਵੀ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਹਦੇ ਲਿੰਕ ਹੁਣ ਸਾਹਮਣੇ ਆ ਰਹੇ ਐ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਹਾਲਾਂਕਿ ਹੁਣ ਇਹਨਾਂ ਦਾ ਰਿਮਾਂਡ ਲਿਆ ਗਿਆ ਰਿਮਾਂਡ ਦੌਰਾਨ ਇਹ ਵੱਡੇ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਔਰ ਜੇ ਆਪਾਂ ਗੱਲ ਕਰੀਏ ਰਿਕਵਰੀ ਦੀ ਇਹਦੇ ਵਿੱਚ ਰਿਕਵਰੀ ਕਈ ਚੀਜ਼ ਮਹਾਲੀ ਤੋਂ ਕੈਮਰਾਮੈਨ ਕਰਨ ਪ੍ਰੈਸ ਇਗਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਪੰਜਾਬ ਪੁਲਿਸ ਦੀ ਜਲੰਧਰ ਕਮਿਸ਼ਨਰੇਟ ਵੱਲੋਂ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਹੋਇਆ ਜਿਦੇ ਵਿੱਚ ਇੰਟਰਨੈਸ਼ਨਲ ਡਰੱਗ ਰੈਕਟ ਤੇ ਨਾਲ-ਨਾਲ ਜਿਹੜੇ ਹਥਿਆਰਾਂ ਦੀ ਸਪਲਾਈ ਹੁੰਦੀ ਹੈ ਉਹਨਾਂ ਦੇ ਇੱਕ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੁਣ ਤੱਕ ਦੀ ਜਾਣਕਾਰੀ ਮੁਤਾਬਕ 4 ਇਹਦੇ ਵਿੱਚ ਪੂਰੇ ਐਸੋਸੀਏਟਸ ਦੇ ਮੈਂਬਰ ਕਾਬੂ ਕੀਤੇ ਗਏ ਹੈ ਜਿਨ੍ਹਾਂ ਕੋਲ ਇਲੀਗਲ ਵੈਪਨਸ ਮੈਗਜ਼ੀਨ ਰਿਕਵਰ ਕੀਤੀ ਗਈ ਹੈ ਇਹਦੇ ਨਾਲ-ਨਾਲ ਜਿਹੜੇ ਕੋਰੀਅਰ ਕੰਪਨੀ ਦਾ ਜਿਹੜਾ ਮਾਲਿਕ ਹੈ ਉਸ ਨੂੰ ਵੀ ਕਾਬੂ ਕੀਤਾ ਗਿਆ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਅਫੀਮ ਦੇ ਨਾਲ-ਨਾਲ ਜਿਹੜੀ ਡਰੱਗਸ ਤਸਕਰੀ ਹੋ ਰਹੀ ਸੀਗੀ ਔਰ ਕਾਫੀ ਵੱਡੇ ਲੈਵਲ ਤੇ ਇਹ ਤਸਕਰੀ ਕੀਤੀ ਜਾ ਰਹੀ ਸੀ ਜਿਹਦਾ ਇੱਕ ਪੂਰਾ ਨੈਕਸਸ ਕੰਮ ਕਰ ਰਿਹਾ ਸੀਗਾ ਪੰਜਾਬ ਦੇ ਨਾਲ-ਨਾਲ ਇਹ ਪੂਰਾ ਨੈਕਸਸ ਜਿਹੜਾ ਹੈਗਾ ਦੂਜੇ-ਦੂਜੇ ਸਟੇਟਸ ਤੋਂ ਵੀ ਲਿੰਕ ਕਰ ਰਿਹਾ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਸੀ ਔਰ ਇੱਕ ਇੰਟਰਨੈਸ਼ਨਲ ਡਰੱਗਸ ਦਾ ਜਿਹੜਾ ਸਿੰਡੀਕੇਟ ਹੈ ਉਹ ਵੀ ਆਪਰੇਟ ਕੀਤਾ ਜਾ ਰਿਹਾ ਸੀਗਾ ਇਹਦੇ ਵਿੱਚ ਥਾਵਾਂ ਤੇ ਪੂਰਾ ਨੈਕਸਸ ਚੱਲ ਰਿਹਾ ਸੀਗਾ ਔਰ ਜ਼ਲੰਡਰ ਕਮਿਸ਼ਨਰ ਦੇ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਤਿਆਰਾ ਦੇ ਨਾਲ-ਨਾਲ ਡਰੱਗਸ ਤਸਕਰੀ ਵੀ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਹਦੇ ਲਿੰਕ ਹੁਣ ਸਾਹਮਣੇ ਆ ਰਹੇ ਐ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਹਾਲਾਂਕਿ ਹੁਣ ਇਹਨਾਂ ਦਾ ਰਿਮਾਂਡ ਲਿਆ ਗਿਆ ਰਿਮਾਂਡ ਦੌਰਾਨ ਇਹ ਵੱਡੇ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਔਰ ਜੇ ਆਪਾਂ ਗੱਲ ਕਰੀਏ ਰਿਕਵਰੀ ਦੀ ਇਹਦੇ ਵਿੱਚ ਰਿਕਵਰੀ ਕਈ ਚੀਜ਼ਾਂ ਦੀ ਰਿਕਵਰੀ ਵੀ ਸਾਹਮਣੇ ਆ ਰਹੀ ਹੈ ਮਹਾਲੀ ਤੋਂ ਕੈਮਰਾਮੈਨ ਸਨਮ ਪ੍ਰੈਸਿੰਗ ਨਾਲ ਮਨੋਜ ਰਾਠੀ న్యూਸ 18 ਪੰਜਾਬ ਪੰਜਾਬ ਪੁਲਿਸ ਦੀ ਜਲੰਧਰ ਕਮਿਸ਼ਨਰੇਟ ਵੱਲੋਂ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਹੋਇਆ ਜਿਦੇ ਵਿੱਚ ਇੰਟਰਨੈਸ਼ਨਲ ਡਰੱਗ ਰੈਕਟ ਤੇ ਨਾਲ-ਨਾਲ ਜਿਹੜੇ ਹਥਿਆਰਾਂ ਦੀ ਸਪਲਾਈ ਹੁੰਦੀ ਹੈ ਉਹਨਾਂ ਦੇ ਇੱਕ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਕ 4 ਇਹਦੇ ਵਿੱਚ ਪੂਰੇ ਐਸੋਸੀਏਟਸ ਦੇ ਮੈਂਬਰ ਕਾਬੂ ਕੀਤੇ ਗਏ ਹੈ ਜਿਨ੍ਹਾਂ ਕੋਲੋਂ ਇਲੀਗਲ ਵੈਪਨਸ ਮੈਗਜ਼ੀਨ ਰਿਕਵਰ ਕੀਤੀ ਗਈ ਹੈ ਇਹਦੇ ਨਾਲ-ਨਾਲ ਜਿਹੜੇ ਕੋਰੀਅਰ ਕੰਪਨੀ ਦਾ ਜਿਹੜਾ ਮਾਲਿਕ ਹੈ ਉਸ ਨੂੰ ਵੀ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਅਫੀਮ ਦੇ ਨਾਲ-ਨਾਲ ਜਿਹੜੀ ਡਰੱਗਸ ਤਸਕਰੀ ਹੋ ਰਹੀ ਸੀਗੀ ਔਰ ਕਾਫੀ ਵੱਡੇ ਲੈਵਲ ਤੇ ਇਹ ਤਸਕਰੀ ਕੀਤੀ ਜਾ ਰਹੀ ਸੀ ਜਿਹਦਾ ਇੱਕ ਪੂਰਾ ਨੈਕਸਸ ਕੰਮ ਕਰ ਰਿਹਾ ਸੀਗਾ ਪੰਜਾਬ ਦੇ ਨਾਲ-ਨਾਲ ਇਹ ਪੂਰਾ ਨੈਕਸਸ ਜਿਹੜਾ ਹੈਗਾ ਦੂਜੇ-ਦੂਜੇ ਸਟੇਟਸ ਤੋਂ ਵੀ ਲਿੰਕ ਕਰ ਰਿਹਾ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈ ਕੇ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਸੀ ਔਰ ਇੱਕ ਇੰਟਰਨੈਸ਼ਨਲ ਡਰੱਗਸ ਦਾ ਜਿਹੜਾ ਸਿੰਡੀਕੇਟ ਹੈ ਉਹ ਵੀ ਆਪਰੇਟ ਕੀਤਾ ਜਾ ਰਿਹਾ ਸੀਗਾ ਇਹਦੇ ਵਿੱਚ ਕਈ ਥਾਵਾਂ ਤੇ ਪੂਰਾ ਨੈਕਸਸ ਚੱਲ ਰਿਹਾ ਸੀਗਾ ਔਰ ਜਲੰਧਰ ਕਮਿਸ਼ਨਰ ਦੇ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਥਿਆਰਾਂ ਦੇ ਨਾਲ-ਨਾਲ ਡਰੱਗਸ ਤਸਕਰੀ ਵੀ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਹਦੇ ਲਿੰਕ ਹੁਣ ਸਾਹਮਣੇ ਆ ਰਿਹਾ ਹੈ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਹਾਲਾਂਕਿ ਹੁਣ ਇਹਨਾਂ ਦਾ ਰਿਮਾਂਡ ਲਿਆ ਗਿਆ ਰਿਮਾਂਡ ਦੌਰਾਨ ਇਹ ਵੱਡੇ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਉਹ ਜੇ ਆਪਾਂ ਗੱਲ ਕਰੀਏ ਰਿਕਵਰੀ ਦੀ ਇਹਦੇ ਵਿੱਚ ਰਿਕਵਰੀ ਕਈ ਚੀਜ਼ਾਂ ਦੀ ਰਿਕਵਰੀ ਵੀ ਸਾਹਮਣੇ ਆ ਰਹੀ ਹੈ ਮੋਹਲੀ ਤੋਂ ਕੈਮਰਾਮੈਨ ਕਰਨਪ੍ਰੈਸਿੰਗਲ ਮਨੋਜ ਰਾਠੀ న్యూਸ 18 ਪੰਜਾਬ